ਲੱਗਾ ਤੁਸੀਂ ਤਾਂ ਫੌਜੀ ਬੰਦੇ ਆਏ ਤੇ ਬਾਅਦ ਫੌਜੀ ਬੰਦੇ ਤਾਂ ਹੋਰ ਕੋਈ ਕਾਰੋਬਾਰ ਕਰਦੇ ਹਨ ਜਾਂ ਇਸ ਤੋਂ ਦੂਰ ਰਹਿੰਦੇ ਹਨ ਤਾਂ ਤੁਹਾਨੂੰ ਕਿਵੇਂ ਸ਼ੌਕ ਲੱਗਿਆ? ਬਹਰਾਲ ਕਾਫੀ ਸੋਚੋ ਸਮਝ ਤੋਂ ਬਾਅਦ ਉਹ ਕਾਫੀ ਕਾਰੋਬਾਰ ਹੋਰ ਵੀ ਆਏ, ਅੱਛਾ, ਲੇਕਿਨ ਉਹ ਕਾਰੋਬਾਰ ਅੱਛੀ ਨਹੀਂ ਲੱਗੇ, ਅੱਛਾ, ਠੀਕ ਹੈ। ਫਿਰ ਇਹ ਨਾ ਸੋਚਿਆ ਕਿ ਇਹ ਗੱਡੀ ਦਾ ਕਾਰੋਬਾਰ, ਠੀਕ ਹੈ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ, ਠੀਕ ਹੋ? ਮੈਂ ਤੁਹਾਡਾ ਬਿਰਾ ਇਮਰਾਨ ਖਾਨ ਅਤੇ ਤੁਸੀਂ ਵੇਖਦੇ ਪਏ ਮੇਰਾ ਯੂਟਿਊਬ ਚੈਨਲ ਇਮਰਾਨ ਮਾਨੋ। ਉਮੀਦ ਕਿ ਸਾਰੇ ਬਿਰਾ ਠੀਕ ਹੋ, ਜਨਾਬ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਜਿਵੇਂ ਕਿ ਤੁਹਾਨੂੰ ਪਤਾ ਕਿ ਮਾਰੋ ਨਵੀਂ ਨਵੀਂ ਵੀਡੀਓ ਲੈ ਕੇ ਹਾਜ਼ਰ ਹਨ, ਅੱਜ ਇਸ ਤਰ੍ਹਾਂ ਇੱਕ ਛੋਟੀ ਜਿਹੀ ਵੀਡੀਓ ਦੇ ਨਾਲ ਹਾਜ਼ਰ ਹੋਇਆ ਬਿਰਾਵਾਂ ਦੀ ਖਿਦਮਤ ਹੈ। ਅੱਜ ਇੱਥੇ ਤਰਨੌਲ ਬੈਠਾ ਹਾਂ ਵਰਕਸ਼ਾਪ ਵਿੱਚ, ਅਤੇ ਉਸਤਾਦ ਹੋ ਰਿਹਾ ਇਹਨਾਂ ਕੋਈ ਇੰਜਣ ਖੁਲਾਇਆ ਗੱਡੀ ਦਾ 7D ਗੱਡੀ ਨੇ। ਇਹਨਾਂ ਕੋਲ ਮਾਲੂਮਾਤ ਲੈਂਦੇ ਹਾਂ ਕਿ ਇਹਨਾਂ ਕੋਲ 7D ਗੱਡੀ ਹੈ। ਇੱਕ ਦਿਨ ਇਹ ਪੁੱਛਾਂ ਕਿ ਯਾਰ ਇੰਜਣ ਮਸਲਾ ਕੇ ਬਣਿਆ ਅਤੇ ਹੁਣ ਨਵਾਂ ਇਹਨਾਂ ਦੁਬਾਰਾ ਰਿਪੇਅਰ ਕਰਾਇਆ, ਸੈੱਟ ਕਰਾਇਆ, ਅਤੇ ਕਿਤਨੇ ਪੈਸੇ ਤਿਆਰ ਹੋ ਗਏ ਇੰਜਣ ਦੁਬਾਰਾ? ਅਤੇ ਬਾਕੀ 7D ਦੇ ਬਾਰੇ ਪੁੱਛਾਂ ਵੀ ਟਰਾਲੇ ਤਲੇ ਉਸਤਾਦ ਚਲਾ ਰਿਹਾ, ਇਹ ਗੱਡੀ ਕੈਸੀ ਹੈ, ਰੋਜ਼ੀ ਦਿਹਾਕ ਵਿੱਚ ਕੈਸੀ ਹੈ, ਜ਼ਬਰਦਸਤ ਹੈ। ਸਾਰੀ ਮਾਲੂਮਾਤ ਲੈ ਕੇ ਬਿਰਾਂ ਨੂੰ ਸ਼ੇਅਰ ਕਰਸਾਂ, ਉਮੀਦ ਕਰਸਾਂ ਵੀਡੀਓ ਸਾਡੀ ਤੁਹਾਨੂੰ ਜ਼ਰੂਰ ਪਸੰਦ ਆ ਸੀ, ਅਤੇ ਕੋਈ ਨਾ ਕੋਈ ਫਾਇਦਾ ਤੁਹਾਨੂੰ ਲਾਜ਼ਮੀ ਹਾਸਿਲ ਹੋ ਸੀ। ਅਤੇ ਅਗਰ ਸਾਡੇ ਚੈਨਲ 'ਤੇ ਨਵੇਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇ, ਤਾਂ ਕਿ ਸਾਡੀ ਜਿਹੜੀ ਹਰ ਨਵੀਂ ਆਉਣ ਵਾਲੀ ਵੀਡੀਓ ਉਹ ਤੁਹਾਡੇ ਤੱਕ ਬਆਸਾਨੀ ਪਹੁੰਚ ਰਵੇ। ਅਤੇ ਚਲੋ ਉਸਤਾਦ ਨਾਲ ਹੀ ਗੱਪਸ਼ਪ ਕਰਨਾ ਹੈ। ਅਸਲਾਮ ਅਲੈਕੁਮ ਉਸਤਾਦ ਜੀ। ਵਾਲੇਕੁਮ ਸਲਾਮ, ਕੀ ਹਾਲ ਚਾਲ, ਠੀਕ ਹੋ? ਖਰੀਦ ਠੀਕ ਠਾਕ। ਉਸਤਾਦ ਜੀ ਕੀ ਨਾਮ ਆਪਣਾ? ਮੇਰਾ ਨਾਮ ਦਰਿਆਫਤ ਜੀ। ਦਰਿਆਫਤ? ਦਰਿਆਫਤ, ਮਾਸ਼ਾ ਅੱਲਾਹ। ਉਸਤਾਦ ਜੀ ਕਿਹੜੀ ਜਗ੍ਹਾ ਤੋਂ? ਪਿੰਡੀ ਗੇਬ ਦੇ ਲੋਕ ਵਾਕਈ ਬੜੇ ਮੈਂ ਜ਼ਬਰਦਸਤ ਨੇ, ਮੈਨੂੰ ਕਾਫੀ ਅਰਸਾ ਹੋ ਗਿਆ। ਇੱਕ ਤਾਂ ਮੇਰੇ ਨਾਇਕ ਇੱਥੋਂ ਦੇ ਜਿਹਦੀ ਮੈਂ ਗੱਡੀ ਚਲਾ ਰਹੀ ਹਾਂ, ਅਤੇ ਉਸਤਾਦ ਜੀ ਕਿਤਨਾ ਅਰਸਾ ਹੋ ਗਿਆ ਨੇ ਗੱਡੀ ਚਲਾ ਰਹੇ ਹੋ? ਇਹ ਗੱਡੀ ਨਾਲ ਚਲਾ ਰਹੇ ਤਕਰੀਬਨ 4 ਮਾਹ ਹੋ ਗਏ। ਚਾਰ ਮਹੀਨੇ? 4 ਮਹੀਨੇ। ਅੱਛਾ, ਪਹਿਲੇ ਕੀ ਕਰਦੇ ਆ? ਪਹਿਲੇ ਸਰਵਿਸ ਕਰਦੇ ਹਾਂ। ਅੱਛਾ ਜੀ, ਫੌਜ ਵਿੱਚ ਆਏ? ਜੀ। ਚਲੋ ਅੱਲਾ ਖੈਰ। ਫੌਜ ਵਿੱਚ ਕਿਤਨਾ ਅਰਸਾ ਨੌਕਰੀ ਕੀਤੀ ਨੇ? ਫੌਜ ਨਾਲ ਕੀਤੀ 23 ਸਾਲ। 23 ਸਾਲ ਫੌਜ ਗੁਜ਼ਾਰ ਕੇ ਅਤੇ ਉਸ ਤੋਂ ਬਾਅਦ ਆਪਣੀ ਗੱਡੀ ਲੈਣਾ? ਜੀ ਜੀ ਬਿਲਕੁਲ। ਗੱਡੀ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਲੱਗਾ? ਤੁਸੀਂ ਤਾਂ ਫੌਜੀ ਬੰਦੇ ਆਏ ਤੇ ਬਾਅਦ ਫੌਜੀ ਬੰਦੇ ਤਾਂ ਹੋਰ ਕੋਈ ਕਾਰੋਬਾਰ ਕਰਦੇ ਹਨ ਜਾਂ ਇਸ ਤੋਂ ਦੂਰ ਰਹਿੰਦੇ ਹਨ, ਤੁਹਾਨੂੰ ਕਿਵੇਂ ਸ਼ੌਕ ਲੱਗਾ? ਬਹਰਾਲ ਕਾਫੀ ਸੋਚੋ ਸਮਝ ਤੋਂ ਬਾਅਦ ਉਹ ਕਾਫੀ ਕਾਰੋਬਾਰ ਹੋਰ ਵੀ ਆਏ, ਅੱਛਾ, ਲੇਕਿਨ ਉਹ ਕਾਰੋਬਾਰ ਅੱਛੀ ਨਹੀਂ ਲੱਗੇ, ਅੱਛਾ, ਠੀਕ ਹੈ। ਫਿਰ ਇਹ ਨਾ ਸੋਚਿਆ ਕਿ ਇਹ ਗੱਡੀ ਦਾ ਕਾਰੋਬਾਰ, ਠੀਕ ਹੈ। ਇੱਦਾਂ ਮਤਲਬ ਇੱਕ ਛੋਟਾ ਬਾਈਕ ਡਰਾਈਵਰ ਆ, ਉਹ ਕਿਸੇ ਹੋਰ ਬੰਦੇ ਗੱਡੀ ਚਲਾਉਂਦੇ ਆ, ਉਸ ਵਜ੍ਹਾ ਦੇ ਨਾਲ ਅਸਾਂ ਕਿ ਚਲੋ ਆਪਣਾ ਇੱਕ ਤਾਂ ਆਪਣਾ ਬਾਈਕ ਡਰਾਈਵਰ ਵੀ ਆਪਣਾ ਹੈ, ਅਤੇ ਦੂਸਰਾ ਮਤਲਬ ਇਹ ਕਿ ਗੱਡੀ ਆਪਣੀ ਹੋਵੇ, ਅਸੀਂ ਬਾਈਕ ਡਰਾਈਵਰ ਆਪਣਾ ਹੈ ਤਾਂ ਨਾਲੇ ਖੁਦ ਚੱਲਦੇ ਸਨ ਕਾਰੋਬਾਰ ਹੀ ਬਣ ਗਏ ਕਾਰੋਬਾਰ। ਦੂਸਰਾ ਇਸ ਕਾਰੋਬਾਰ ਦਾ ਮੈਨੇ ਦੋਸਤੋ ਇੱਕ ਤਾਂ ਇਸ ਕਾਰੋਬਾਰ ਦਾ ਮੈਨੂੰ ਇਹ ਉਸਤਾ ਜੀ ਬੜਾ ਅੱਛਾ ਕੰਮ ਹੈ ਇਹ ਲੱਗਾ, ਕਿਉਂਕਿ ਹੀ ਨਕਤੋਂ ਨਕਤੇ ਦੂਸਰੇ ਕਾਰੋਬਾਰ ਜਿਹੜਾ ਵੀ ਕਰੋ, ਅਗਰ ਕੋਈ ਦੁਕਾਨ ਬਣਾਓ ਜਾਂ ਪੈਟਰੋਲ ਪੰਪ ਬਣਾਓ ਜਾਂ ਕੋਈ ਚੀਜ਼ ਆੜਤ ਬਣਾਓ, ਕਹੀਂ ਨਹੀਂ ਕੋਈ ਚੀਜ਼ ਹੀ ਬਣਾਓ ਨਾ, ਉਹਦੇ ਜੇ ਤੱਕ ਉਧਾਰ ਨਾ ਹੋਵੇ ਉਹ ਕੰਮ ਨਹੀਂ ਚੱਲਦਾ, ਇਸ ਤਰ੍ਹਾਂ ਹੀ ਹੈ ਨਾ। ਅਤੇ ਇਹ ਤਾਂ ਜਿਤਨਾ ਤੁਸੀਂ ਅਗਰ ਲੋਡ ਕੀਤਾ ਤਾਂ ਤੁਹਾਨੂੰ ਨੈੱਟ ਕੈਸ਼ ਕਰਿਆ ਮਿਸਿਜ ਜ਼ਰੀ ਦਾ ਵੀ ਉਧਾਰ ਕੋਈ ਨਹੀਂ। ਹਾਂ, ਹੋ ਸਕਦਾ ਤੁਸੀਂ ਕਿਸੇ ਨਾਲ ਉਧਾਰ ਕਰੋ ਤਾਂ ਅਗਲੇ ਉਧਾਰ ਵੀ ਕਰ ਲੈਂਦੇ ਕਿ ਯਾਰ ਇਹ ਗੱਡੀ ਲਈ ਉਹਦਾ, ਇਸ ਤਰ੍ਹਾਂ ਹੀ ਹੈ ਨਾ ਸਾਡੀ? ਬਿਲਕੁਲ ਇਸ ਤਰ੍ਹਾਂ ਹੀ, ਕਿਉਂਕਿ ਨਾ ਬਾਕੀ ਕੋਈ ਦੁਕਾਨਦਾਰੀ ਕਰ ਸੋ, ਕੋਈ ਵੀ ਕੋਈ ਵੀ ਕੰਮ ਕਰ ਸੋ, ਮਤਲਬ ਉਧਾਰ ਲਾਜ਼ਮੀ ਹੈ। ਉਧਾਰ ਲੈਣ ਵਾਸਤੇ ਬੰਦੇ ਨੂੰ ਬਹੁਤ ਮੁਸ਼ਕਿਲ ਟਾਈਮ ਚਾਹੀਦਾ, ਕਿਉਂਕਿ ਉਧਾਰ ਵਾਪਸ ਮਿਲਦਾ ਨਹੀਂ, ਮਿਲਦਾ ਨਹੀਂ, ਇਹ ਕੰਮ ਹੈ ਨਕਦ ਨਕਦ, ਇਸ ਤਰ੍ਹਾਂ। ਇਸ ਤੋਂ ਗੱਡੀ ਜੇ ਪਹਿਲੀ ਗੱਲ ਇਹ ਵੀ ਕਿ ਥੋੜ੍ਹਾ ਬਹੁਤਾ ਉਧਾਰ ਤਾਂ ਹੈ ਨਹੀਂ, ਕੁੱਲ ਕੈਸ਼ ਟੂ ਕੈਸ਼ ਕੰਮ ਹੈ, ਬਿਲਕੁਲ, ਠੀਕ ਹੈ। ਤਾਂ ਅਸਾਂ ਇਹ ਸੋਚ ਕੇ ਇਸ ਤੋਂ ਕਾਰੋਬਾਰ ਹੀ ਬਣਾਇਆ। 4 ਮਹੀਨੇ ਤੁਹਾਨੂੰ ਸਾਜ ਹੋ ਗਏ, ਇਹ ਤੁਸੀਂ ਨੈੱਟ ਕੈਸ਼ ਲਈ ਆਏ ਜਾਂ ਕਿਸ਼ਤਾਂ 'ਤੇ ਲਈ ਆਏ? ਅਸਾਂ ਨੈੱਟ ਕੈਸ਼ ਲਈ। ਨੈੱਟ ਕੈਸ਼ ਕਿਤਨੇ ਦੀ ਲਈ ਆ? ਇਹ ਲਈ 70 ਲੱਖ ਰੁਪਏ ਦੀ। 70 ਲੱਖ ਰੁਪਏ ਦੀ? ਅਤੇ ਕੰਟੇਨਰ ਆ ਪਿੱਛੇ ਇਹਦੇ ਨਾਲ 40 ਫੁੱਟ ਹੈ, 50 ਫੁੱਟ ਹੈ ਇਹਦੇ ਕੰਟੇਨਰ? 40 ਫੁੱਟ। 40 ਫੁੱਟ। ਇਹ ਤੁਸੀਂ ਇਹਦੇ ਕਿਹੜੇ ਕਿਹੜੇ ਹੁਣ ਏਰੀਏ ਚੱਲ ਰਹੇ ਹੋ? ਅਸੀਂ ਇਸ ਟਾਈਮ ਚੱਲੇ ਪਏ ਹਾਂ ਮੁਲਤਾਨ ਤੋਂ ਪਿਸ਼ਾਵਰ, ਲਾਹੌਰ, ਫੈਸਲਾਬਾਦ, ਇਸ ਤਰ੍ਹਾਂ ਚੱਲਦੇ ਪਏ। ਇਹ ਨੈੱਟ ਕੈਸ਼ ਤੁਸੀਂ ਲਈ ਕਿਹੜੇ ਕਿਤਨੇ ਪੈਸਿਆਂ ਦੀ ਹੈ? 70 ਲੱਖ ਰੁਪਏ ਦੀ। 70 ਲੱਖ ਰੁਪਏ ਦੀ? ਅਤੇ 70 ਲੱਖ ਰੁਪਏ ਤੁਸੀਂ ਸਾਜ ਲਾ ਕੇ 4 ਮਹੀਨਿਆਂ ਦੇ ਵਿੱਚ ਕੋਈ ਤੁਸੀਂ ਯਾਨੀ ਕਿ ਕੋਈ ਪ੍ਰੋਫਿਟ ਮਿਲੀ ਹੈ ਜਾਂ ਕੋਈ ਨਾ? ਨਹੀਂ, ਕੁਛ ਨਹੀਂ, ਅਲਹਮਦੁਲਿਲਾ, ਠੀਕ ਕੰਮ। ਚਲੋ ਸਹੀ। ਅਤੇ ਹੁਣ ਤੁਸੀਂ ਮੁਲਤਾਨ ਏਰੀਆ ਅਤੇ ਸਾਰੇ ਏਰੀਏ ਚਲਦੇ ਪਏ, ਤੁਸੀਂ ਕੇਸ਼ਾ ਲੋਡ ਕਰਿਆ ਜ਼ਿਆਦਾ?
ਮਤਲਬ ਇਹ ਕਿ ਮੁਖਤਲਿਫ ਚੀਜ਼ਾਂ ਦਾ ਲੋਡ ਮਿਲ ਜਾਣਾ, ਜੋ ਵੀ ਲੋਡ ਆ ਜਾਏ, ਠੀਕ ਹੈ, ਪਰਚੂਨ ਮਤਲਬ ਮੁਖਤਲਿਫ ਚੀਜ਼ਾਂ ਲੋਡ ਆਏ, ਜੋ ਵੀ ਲੋਡ ਮਿਲ ਜਾਂਦੀ ਜਾਂਦੇ ਹਾਂ ਆਸਾਨੀ ਨਾਲ ਮਾਲ ਸ਼ਾਲ ਤੁਹਾਨੂੰ ਲੱਭਦਾ ਪਿਆ, ਤੁਸੀਂ ਤਾਂ ਫੌਜੀ ਬੰਦੇ ਬਾਈ, ਤੁਹਾਡਾ ਡਰਾਈਵਰ ਆਏ, ਤੁਹਾਡਾ ਨਿਜ਼ਾਮ ਇਨ ਕਿ ਸਹੀ ਚੱਲਦਾ ਪਿਆ ਜਾਂ ਕੋਈ ਨਾ? ਨਹੀਂ, ਅਲਹਮਦੁਲਿਲਾਹ ਬਿਹਤਰ ਚੱਲਦਾ ਪਿਆ। ਅਤੇ ਤੁਸੀਂ ਹੁਣ ਗੱਡੀ ਚਲਾਉਂਦੇ ਹੋ ਜਾਂ ਕੋਈ ਨਾ ਡਰਾਈਵਰੀ ਕਰ ਰਹੇ ਹੋ? ਬਸ ਮਾੜੀ ਮੋਟੀ ਡਰਾਈਵ ਕਰਦੇ ਹਾਂ। ਵੈਸੇ ਗੱਡੀਆਂ 'ਤੇ ਮਜ਼ਾ ਹੈ ਜਾਂ ਨਹੀਂ? ਹਾਂ, ਮਜ਼ਾ ਵੀ ਹੈ, ਮੁਸ਼ਕਿਲਾਂ ਵੀ ਬਹੁਤ ਹਨ, ਕਿਉਂਕਿ ਬੰਦਾ ਘਰ ਤੋਂ ਬਾਹਰ ਆਉਣਾ ਪੈਂਦਾ, ਫਿਰ ਮੁਸ਼ਕਿਲਾਂ ਵੀ ਨਾਲ ਨਾਲ ਆਏ। ਬਿਲਕੁਲ, ਇਤਨਾ ਆਸਾਨ ਵੀ ਨਹੀਂ ਹੈ ਬੰਦਾ ਕਿ ਹਰ ਬੰਦਾ ਕਿ ਗੱਡੀ ਵੀ ਆਸਾਨ ਨਹੀਂ ਹੈ, ਗੱਡੀ ਤਾਂ ਮੁਸ਼ਕਿਲਾਂ ਵੀ ਹੈ। ਅੱਛਾ, ਮੁਸ਼ਕਿਲਾਂ ਕਿਹੜੀਆਂ? ਸਾਡੇ ਜਿਹੜੇ ਕਾਫੀ ਵੀਰਾਂ ਨੇ ਉਹ ਕਮੈਂਟ ਸੀ ਕਰਦੇ ਕਿ ਯਾਰ ਤੂੰ ਸਿਰਫ ਫਾਇਦਾ ਹੀ ਦੱਸੇ ਨਾ, ਕਦੀ ਕੋਈ ਮੁਸ਼ਕਿਲਾਂ ਵਾਲੀ ਵੀਡੀਓ ਤੇਰੀ ਕੋਈ ਨਹੀਂ, ਅਤੇ ਮੁਸ਼ਕਿਲਾਂ ਕਿਹੜੀ ਹੈ ਸਭ ਤੋਂ ਜ਼ਿਆਦਾ? ਮੁਸ਼ਕਿਲਾਂ ਸਭ ਤੋਂ ਮਸਲਾ ਇਹ, ਇੱਕ ਤਾਂ ਬੰਦੇ ਰਿਹਾਇਸ਼ ਦਾ ਮਸਲਾ ਆਉਂਦਾ, ਠੀਕ ਹੈ, ਦੂਸਰਾ ਸਾਡੇ ਪੂਰੇ ਪਾਕਿਸਤਾਨ 'ਚ ਸਿਸਟਮ ਹੀ ਕੋਈ ਨਹੀਂ ਕਿ ਡਰਾਈਵਰਾਂ ਭਾਈਆਂ ਵਾਸਤੇ ਕੋਈ ਵਾਸ਼ਰੂਮ ਬਣਾ ਜਾਏ, ਕੋਈ ਰੈਸਟੋਰੈਂਟ ਬਣਾ ਜਾਏ, ਤਾਂ ਕਿ ਡਰਾਈਵਰ ਆਉਣ, ਆਪਣੇ ਗੱਡੀ ਰੋਕਣ, ਤਾਂ ਕਿ ਰੈਸਟੋਰੈਂਟ ਜਗ੍ਹਾ ਹੋਵੇ, ਉਸ ਤੋਂ ਬਾਅਦ ਗੁਸਲ ਵਗੈਰਾ ਕਰਨ, ਗੱਡੀ ਸਾਫ਼ ਕਰਨ, ਉਸ ਤੋਂ ਬਾਅਦ ਰੈਸਟ ਕਰਨ। ਬਿਲਕੁਲ, ਯਾਨੀ ਕਿ ਕੋਈ ਸਹੂਲਤ ਕੋਈ ਨਹੀਂ ਦਿੱਤੀ। ਮੈਸੇਜ ਦਿੱਤਾ ਕਿ ਜਿਹੜੇ ਵਾਕਈ ਇਹ ਗੱਲ ਹੈ ਕਿ ਅਗਰ ਅਸੀਂ ਕਰਾਚੀ ਲੈਣ 'ਤੇ ਚੱਲਣੇ ਆ ਨਾ, ਤਾਂ ਐਸੀ ਕੋਈ ਵੀ ਸਾਨੂੰ ਸਰਕਾਰੀ ਅਦਾਰੇ ਜੋ ਕੋਈ ਸਹੂਲਤ ਹੈ ਫਰਾਮ ਨਹੀਂ ਕਿ ਯਾਰ ਅਸਾਂ ਕੋਈ ਰੈਸਟ ਕਰ ਲਵੀਏ, ਜਦੋਂ ਐਸਾ ਨਿਆਂਦਰਾ ਜਾਂ ਗੱਡੀ ਖੜੀ ਕਰਕੇ ਦੋ ਮਿੰਟ ਸਹਿਣ ਲਵੀਏ, ਕੋਈ ਐਸੀ ਨਹੀਂ ਚੀਜ਼। ਇਹ ਉਸਤਾਦ ਹੋਰ ਮੇਰੇ ਤਾਂ ਸਹਿੰਦੇ ਪੈਣ ਕਿ ਯਾਨੀ ਕਿ ਰੋਡ ਨਾਲ ਅਗਰ ਮਿਸਾਲ ਸਾਡੀ ਗੱਡੀ ਖਰਾਬ ਹੋ ਗਈ ਹੈ, ਅਤੇ ਅਸਾਂ ਇਕੱਲਾ ਬੰਦਾ ਕਿਤੇ ਵਹਿਣਾ ਆਉਣਾ ਪੈ ਪੈਂਦਾ, ਕਿਉਂਕਿ ਮਿਸਤਰੀ ਲੈਣ ਵਹਿਣ ਪਾਉਂਦਾ ਜਾਂ ਕੋਈ ਹੋਰ ਮਸਲਾ ਪਰੇਸ਼ਾਨੀ ਬਣਦਾ, ਅਤੇ ਵਾਪਸੀ ਬੰਦਾ ਜਿਸ ਟਾਈਮ ਗੱਡੀ ਕਲਵਾਉਂਦਾ, ਨਾ ਕੋਈ ਬੈਟਰੀ ਆਉਂਦੀ ਅਤੇ ਨਾਲ ਨਾ ਕੋਈ ਡੀਜ਼ਲ ਆਉਂਦਾ, ਇਸ ਤਰ੍ਹਾਂ ਹੀ ਹੈ ਨਾ ਉਹ ਸਾਜੀ ਹੈ। ਅਤੇ ਉਹ ਇੱਕ ਸਾਡਾ ਬਾਈ ਹੈ ਪਿਓ ਇੱਥੇ ਪਿੰਡੀ 'ਚ, ਉਸ ਸਾਜੀ ਉਹਦੀ ਗੱਡੀ ਦਾ ਕੋਈ ਮਸਲਾ ਬਣਿਆ, ਅਤੇ ਉਹਦੀ ਗੱਡੀ ਦੇ ਨਾਲ ਸਟੈਪਣੀ ਲਾ ਕੇ ਵੀ ਲਾਇਆ ਗਿਆ। ਇਸ ਤਰ੍ਹਾਂ ਤੁਹਾਡੇ ਨਾਲ ਕਦੀ ਕੋਈ ਵਾਕਿਆ ਪੇਸ਼ ਆਇਆ? ਬਹਰਾਲ ਜੀ, ਇਸ ਤਰ੍ਹਾਂ ਦਾ ਸਾਡੇ ਨਾਲ ਵਾਕਿਆ ਪੇਸ਼ ਨਹੀਂ ਆਇਆ, ਇਹ ਕਿਉਂਕਿ ਸਾਡੇ ਦੋਸਤ ਨਾਲ ਕਾਫੀ ਲੋਕਾਂ ਦੀ ਚੋਰੀਆਂ ਹੋਈਆਂ, ਗੱਡੀਆਂ 'ਚ ਚੋਰੀਆਂ ਹੁੰਦੀਆਂ ਨੇ, ਠੀਕ ਹੈ, ਇਹ ਪੋਲਟਰੀ ਵਿਰਾਹ ਸਾਡੇ ਕੋਈ ਸ਼ਾਇਦ ਛੱਡਦੇ ਗੱਡੀਆਂ, ਠੀਕ ਹੈ, ਕੋਈ ਸ਼ਾਇਦ ਨਹੀਂ ਛੱਡਦੇ, ਐਕਸਲੀ ਨਾਲੋਂ ਖੋਲ ਕੇ ਲੈ ਪੈਂਦੇ। ਅੱਛਾ ਉਸਤਾਦ ਜੀ, ਇਹ ਤਾਂ ਚਲੋ ਇੱਥੇ ਗੱਲ ਖਤਮ ਕਰਨਾ, ਅਤੇ ਤੁਸੀਂ ਹੁਣ ਇੰਜਣ ਖੁਲਾਇਆ ਹੈ, ਇੰਜਣ ਤੁਹਾਡੇ ਨੂੰ ਕੀ ਮਸਲਾ ਬਣਿਆ? ਸਾਡਾ ਇੰਜਣ ਦਾ ਜਨਾਬ ਥੋੜ੍ਹਾ ਬਹੁਤ ਆਵਾਜ਼ ਕਰਦਾ ਆ, ਸਾਨੂੰ ਖੁਦ ਵੀ ਸਮਝ ਨਹੀਂ ਆਈ, ਮਤਲਬ ਇਹਨੂੰ ਕਿਸ ਤੋਂ ਆਵਾਜ਼ ਕਰਾਂ, ਕਿਸ ਚੀਜ਼ ਆਵਾਜ਼ ਕਰੀ, ਸਮਝ ਨਹੀਂ ਆਈ। ਲੇਕਿਨ ਸਾਡਾ ਇੰਜਣ ਨਾਲ ਨੁਕਸਾਨ ਕੀਤਾ, ਇਸ ਟਾਈਮ ਤਕਰੀਬਨ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ, 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਚਲੋ, ਇਹ ਪਹਿਲੇ ਦਾ ਕੋਈ ਇੰਜਣ ਮਸਲਾ ਆਈ ਜਦੋਂ ਗੱਡੀ ਲਈ ਆਈ ਆ ਵਾ, ਤਾਂ ਤੁਹਾਡੇ ਕੋਲ? ਨਹੀਂ ਨਹੀਂ, ਉਸ ਟਾਈਮ ਮਸਲਾ ਕੋਈ ਨਹੀਂ ਸੀ, ਤਕਰੀਬਨ ਇਹ ਮਸਲਾ ਬਣਿਆ ਵਾ, ਬਸ ਹਫ਼ਤੇ ਅੰਦਰ ਦਾ ਮਸਲਾ ਬਣਿਆ। ਅੱਛਾ, ਪਹਿਲੇ ਮਸਲਾ ਦੱਸੀ, ਕਿਸੇ ਪਹਾੜੀ 'ਚ ਗਏ ਹੋ ਵਜ਼ਨ ਲੈ ਕੇ, ਜਾਂ ਕੋਈ ਤੁਸੀਂ ਐਲ ਗਲਤ ਪਾਇਆ, ਜਾਂ ਕੀ ਮਸਲਾ ਬਣਿਆ ਇਸ ਵਜ੍ਹਾ ਤੋਂ? ਕੋਈ ਯਾਨੀ ਕਿ ਅਸਲ ਮੇਨ ਮਕਸਦ ਕਿ ਵਜ੍ਹਾ ਕੀ ਬਣੀ ਹੈ? ਅੱਜ ਕੱਲ੍ਹ ਦੇਖੋ ਨਾ ਬਾਈ ਜਾਨ, ਇਹ ਮਸਲਾ ਜਦੋਂ ਆ ਰਿਹਾ ਹੈ ਕਿ ਹਮਾਰੇ ਪਾਕਿਸਤਾਨ ਦੇ ਮੋਬਾਈਲ ਜੋ ਹੈ ਨਾ, ਉਹ ਸਹੀ ਤਾਂ ਮਿਲਦੀ ਨਹੀਂ ਹੈ, ਠੀਕ ਹੈ, ਕਾਫੀ ਜਗ੍ਹਾ ਅਸੀਂ ਵਰਕਸ਼ਾਪ ਹੈ ਜੋ ਦੋ, ਕਿਉਂਕਿ ਹਮੇ ਤਾਂ ਇਤਨੀ ਪਹਿਚਾਣ ਨਹੀਂ ਹੈ, ਇਹਨਾਂ ਬਹੁਤ ਕਮ ਲੋਕ ਪਹਿਚਾਣਦੇ ਹੈ, ਬਾਕੀ ਲੋਕ ਆਮ ਬੰਦਾ ਨਹੀਂ ਪਹਿਚਾਣ ਸਕਦੇ। ਜ਼ਬਰਦਸਤ, ਅਸ਼ੋਕ ਸਾਹਿਬ, ਹੁਣ ਤੁਸੀਂ ਯਾਨੀ ਕਿ ਦੁਬਾਰਾ ਰਿਪੇਅਰ ਕਰਾਇਆ, 2 ਲੱਖ ਰੁਪਏ ਤੁਹਾਡਾ ਖਰਚਾ ਆ ਗਿਆ ਜੀ? ਬਿਲਕੁਲ, ਹਾਂ, ਇਸ ਵਕਤ ਜੋ ਹਮਾਰੀ ਗੱਡੀ ਕਾ ਜੋ ਖਰਾਬ ਹੋਈਆਂ, ਖਰਾਬ ਹੋਇਆ, ਉਸ 'ਤੇ 2 ਲੱਖ ਰੁਪਏ ਮੈਂ ਖਰਚਾ ਆਇਆ। ਸਹੀ ਹੈ, ਖੈਰ ਅੱਲਾ ਖੈਰ ਖਰੀਦ ਨਾਲ ਚਲਾਵੇ। ਅੱਛਾ ਉਸਤਾਦ ਜੀ, ਤੁਸੀਂ ਹੁਣ ਇੰਜਣ ਹੀ ਸੈੱਟ ਕਰਾ ਲਏ, ਸੋ ਅੱਲਾ ਪਾਕ ਤੁਹਾਨੂੰ ਖੈਰ ਖਰੀਦ ਨਾਲ ਚਲਾਵੇ। ਤੁਸੀਂ ਸਾਡੇ ਵੀਰਾਂ ਨੂੰ ਨਵੇਂ ਜਿਹੜੇ ਟਰਾਂਸਪੋਰਟ ਸ਼ੌਕੀਨ ਨੇ ਆਉਣਾ ਚਾਹੁੰਦੇ ਨੇ, ਤੁਸੀਂ ਵੀ ਹੁਣ ਨਵੇਂ ਆਏ ਪਏ ਫੌਜ, ਇਤਨਾ ਅਰਸਾ ਨੌਕਰੀ ਗੁਜ਼ਾਰ ਕੇ ਆਏ ਦੇ ਵਾਪਸ ਆਇਓ ਗੱਡੀ ਲਈ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੋ? ਗੱਡੀ ਲੈਣੀ ਚਾਹੀਦੀ ਹੈ, ਨਹੀਂ ਲੈਣੀ ਚਾਹੀਦੀ? ਤੁਹਾਨੂੰ ਤਾਂ ਹੁਣ 4 ਮਹੀਨੇ ਹੋ ਗਏ ਚਲਾ ਰਹੇ, ਤੁਹਾਨੂੰ ਸਮਝੋ ਸੀ, ਅਤੇ ਫੌਜ ਤੋਂ ਅਟ ਗਈ ਹੈ, ਕੋਈ ਵੀ ਐਸੀ ਯਾਨੀ ਕਿ ਪਰਦੇਸੀ ਡਰਾਈਵਰ ਹੈ, ਵਾਪਸੀ ਆ ਕੇ ਪਾਕਿਸਤਾਨੀ ਗੱਡੀ ਲੈਣਾ ਚਾਹੁੰਦੇ, ਤੁਸੀਂ ਉਹਨਾਂ ਦੇ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ? ਹਾਂ, ਮੈਂ ਆਪਕੋ ਇਹ ਬਤਾ ਦੂੰ ਕਿ ਜੋ ਬੰਦਾ ਗਾੜੀ ਲੈਣ ਚਲਾ, ਸਭ ਤੋਂ ਪਹਿਲੀ ਬਾਤ ਇਹ, ਇੱਕ ਤਾਂ ਉਹ ਡਰਾਈਵਰ ਖੁਦ ਡਰਾਈਵਰ ਹੋ, ਇੱਕ ਬਾਤ, ਦੂਸਰੀ ਬਾਤ ਗਾੜੀ ਕਾ ਕੰਮ ਵੀ ਜਾਣਦਾ ਹੋ, ਗਾੜੀ ਚਲਾਉਣਾ ਵੀ ਜਾਣਦਾ ਹੋ, ਤਬ ਗਾੜੀ ਖਰੀਦੇ, ਵਰਨਾ ਗਾੜੀ ਆਦਮ ਮਤ ਲਗਾਓ। ਅਤੇ ਚਲੋ ਸਹੀ ਹੋ ਗਿਆ, ਤੁਸੀਂ ਕੋਈ ਮਹੀਨੇ ਦੀ ਕੋਈ ਅੰਦਾਜ਼ਾ ਸੁਣਾ ਦੋਸਤਾਂ ਮੇਰੇ ਦੱਸ ਦਿਓ ਬਈ, 70 ਲੱਖ ਜਾਂ ਇੱਕ ਮਿਸਾਲ 50-60 ਲੱਖ ਰੁਪਏ ਲਾ ਕੇ ਮਹੀਨੇ ਦੀ ਤਕਰੀਬਨ ਕਮ ਅਜ਼ ਕਮ ਕਿਤਨੇ ਕੰਮ ਦੇਣ ਆਉਂਦੀ ਹੈ ਇਸ ਗੱਡੀ ਦੀ? ਸਾਡਾ ਜੀ ਦੇਖੋ, ਨਵਾਂ ਨਵਾਂ ਕਾਰੋਬਾਰ ਹੈ ਸਾਡਾ, ਇਤਨਾ ਮਤਲਬ ਅਸਵੀਰ ਸਾਨੂੰ ਤਕਰੀਬਨ ਮਹੀਨੇ ਦੇ ਵਿੱਚ
65,000 ਰੁਪਏ ਸਾਨੂੰ ਮਤਲਬ ਗੱਡੀ ਦੇ ਰਹੀ ਹੈ, ਕਿਉਂਕਿ ਸਾਡਾ ਇਤਨਾ ਐਕਸਪੀਰੀਅੰਸ ਨਹੀਂ ਹੈ, ਲੋਡਿੰਗ ਲੋਡਿੰਗ ਸਾਨੂੰ ਸਮਝ ਨਹੀਂ ਆਉਂਦੀ ਹੈ, ਅਸੀਂ ਕਾਫੀ ਚੀਜ਼ਾਂ ਡਿਜ਼ਾਇਨ ਕਰ ਪੈਂਦੇ ਹਾਂ ਠੀਕ ਹੈ ਠੀਕ ਹੈ ਅਤੇ ਇਸ ਤੋਂ ਕਰਕੇ ਯਾਨੀ ਕਿ ਖਰਚਾ ਜਿੱਥੇ ਇੱਕ ਮਿਸਾਲ ਗੱਡੀ ਕਰਨਾ ਹੁੰਦਾ 50,000 ਤੁਸੀਂ ਉਸ 70-80,000 ਰੁਪਏ ਖਰਚਾ ਕਰ ਦਿੰਦੇ, ਗੱਡੀ ਤਾਂ ਕਮਾ ਰਹੀ ਹੈ ਨਾ, ਗੱਡੀ ਤਾਂ ਬੜਾ ਕਮਾ ਰਹੀ ਹੈ, 50-60,000 ਵੱਧ ਹੀ ਮਹੀਨਾ ਕਮਾ ਰਹੇ ਹੋ, ਅੱਲਾ ਤੁਹਾਨੂੰ ਕਾਮਯਾਬ ਕਰੇ ਅਤੇ ਕਾਮਯਾਬ ਹੋਏ। ਹੋਰ ਕੋਈ ਪੈਗਾਮ ਦੇਣਾ ਚਾਹੋ ਸਾਡੇ ਭਰਾ? ਬਸ ਮੇਰਾ ਆਖਰੀ ਪੈਗਾਮ ਇਹੀ ਹੈ, ਹਕੂਮਤ ਸੇ ਅਪੀਲ ਹੈ ਕਿ ਉਹ ਮਿਹਰਬਾਨੀ ਕਰੇ, ਰੋਡ ਆਈ ਵਾਲੇ ਵਿੱਚ ਆਈ ਵੇ ਉਹ ਬਿਹਤਰ ਕਰੇ ਬਸ। ਚਲੋ ਅੱਲਾ ਸਹਿ ਖੈਰ ਕਰੇ ਸੀ ਦੋਸਤੋ, ਉਮੀਦ ਕਰ ਸਾਂ ਵੀਡੀਓ ਸਾਡੀ ਤੁਹਾਨੂੰ ਜ਼ਰੂਰ ਪਸੰਦ ਆਈ ਅਸੀਂ ਆਈ, ਅਤੇ ਇਹ ਸਾਰੇ ਆਈ ਸਾਨੂੰ ਉਸਤਾਦ ਹੋਰ ਮਿਲੇ ਨੇ ਫੌਜੀਆਂ ਪੈ 23-24 ਸਾਲ ਫੌਜ ਗੁਜ਼ਾਰ ਕੇ ਬਾਅਦ ਇਹਨੇ ਗੱਡੀ ਲਈ ਹੈ, ਅਤੇ ਅੱਲਾ ਪਾਕ ਇਹਨਾਂ ਨੂੰ ਕਾਮਯਾਬ ਕਰੇ, ਮੇਰੀ ਤੇ ਹੀ ਦੁਆ ਹੈ, ਅਤੇ ਓਕੇ ਅੱਲਾ ਹਾਫਿਜ਼, ਦੁਆਵਾਂ ਯਾਦ ਰੱਖਿਆ, ਮਿਲ ਸੁਣ ਨਵੀਂ ਵੀਡੀਓ 'ਚ।